ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤ ਸਜਣੋ ਤੇ ਮਿੱਤਰੋ ਅੱਜ ਤੁਹਾਨੂੰ ਮੈਂ ਦਿਖਾਣ ਲੱਗਿਆ ਆਪਣੇ ਪਿੰਡ ਦਾ ਮਾਹੌਲ ਇਹ ਦੇ ਚੈੱਕ ਕਰੋ ਇਹ ਪੀਟਰ ਇੰਜੇ ਨੇ ਪੁਰਾਣਾ ਇਹ ਸੜੇ ਹੋਏ ਮੋਬਾਈਲ ਤੇ ਜਿਹੜਾ ਆਪਾਂ ਗੱਡੀਆਂ ਚੋਂ ਤੇਲ ਕਢਣੇ ਆ ਤੇਲ ਬਦਲੀ ਕਰਨੇ ਆ ਸੜੇ ਹੋਏ ਤੇਲ ਦੇ ਨਾਲ ਚਲਾ ਰਹੇ ਆ ਅਸੀਂ ਇਹਦਾ ਜਿਗਾੜ ਬਣਾ ਰਹੇ ਆ ਤੇ ਇਹਦੇ ਤੇ ਅਸੀਂ ਟੂਲ ਚਲਾ ਰਹੇ ਆ ਤੋਵਾ ਦੇਖੋ ਕਿੰਨੀ ਸਰਦੀ ਪਿੰਡ 'ਚ ਪੈਨਦੀ ਏ ਕਿ ਪਾਣੀ ਟੂਲ ਦੀ ਨਾਲ ਹੀ ਚ ਡਿੱਗੰਦਿਆ ਤੇ ਤੂੰ ਮਰੀ ਜਾ ਰਿਹਾ ਏ ਵੇਖੋ ਚੈੱਕ ਕਰੋ ਜਰਾ ਇੰਜ ਨਹੀਂ ਲੱਗਦਾ ਜਿਸ ਤਰ੍ਹਾਂ ਉਹਨੇ ਹੈ ਵੀ ਫੋਗ ਜਿਹੜੀ ਹੈ ਇੰਤਹਾ ਤੋ ਜ਼ਿਆਦਾ ਡਿਗਰੀ ਹੈ ਪਿੰਡ ਦਾ ਮਾਹੌਲ ਆਪਣਾ ਪਿੰਡ ਦੀਆਂ ਗਲੀਆਂ ਪਿੰਡ ਦੇ ਜਿਹੜੇ ਟੋਏ ਟਿੱਬੇ ਫਸਲਾਂ ਇਹਨਾਂ ਦਾ ਆਪਣਾ ਹੀ ਮਾਹੌਲ ਹੈ ਐ ਜੀ ਸਾਡੇ ਪਿੰਡ ਦੇ ਲੋਕਾਂ ਦਾ ਜ਼ਰੀਆ ਮਾਸ਼ੇ ਪੇੜ ਬੱਕਰੀਆਂ ਪਾਲਣਾ ਚੁਰਾਹਿਆਲਾ ਕੰਮ ਕਰਨਾ ਤੇ ਇਹ ਸੁਨਤੇ ਨਬੀ ਸੱਲੱਲਾਹੁ ਅਲੈਹ ਵਾਲੀ ਵਸੱਲਮ ਹੀ ਹੈ ਭਾਈ ਟਾਦੇ 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 ਫਸਲ ਨਾ ਖਰਾਬ ਕਰਾ ਦੇ ਮੇਰੀ ਕੀ ਬਾਤ ਹੈ ਐਜੀ ਚੈੱਕ ਕਰੋ ਜੀ ਐ ਗੋਬਰ ਪਿਆ ਜੀ ਪਰਾਂ ਰੇੜੀ ਹੈ ਅਸੀਂ ਦਾੰਤਰ ਜਾਂ ਮਸ਼ੀਨਰੀ ਦਾ ਇਸਤੇਮਾਲ ਨਹੀਂ ਕਰਦੇ ਹੱਥ ਤੇ ਹੀ ਰੇੜ ਕੇ ਪੱਠੇ ਕਟਾਈ ਕਰੀਗੇ ਮਾਲ ਡੰਗਰ ਵਾਸਤੇ ਪੱਠੇ ਇਕੱਠੀ ਕਟੇ ਸੀ ਜਿਸ ਤਰ੍ਹਾਂ ਤੁਸੀਂ ਪੀਟਰ ਏਂਜਲ ਤੇ ਟੂਵਲ ਚੱਲਦਾ ਵੇਖਿਆ ਹੈ ਕਿ ਸਾਬੇ ਹਸੀयत ਸਾਡੇ ਜ਼ਮੀਦਾਰ ਨੇ ਉਹਨਾਂ ਸੋਲਰ ਪੈਨਲ ਲਾਇਆ ਹੈ ਸੋਲਰ ਪੈਨਲ ਤੇ ਉਹ ਟੂਵਲ ਚਲਾ ਰਹੇ ਨੇ ਬਿਜਲੀ ਦੀ ਬਚਤ ਤੇ ਕਈ ਏਕੜ ਐਸੇ ਨੇ ਮਰਬੇ ਐਸੇ ਨੇ ਪੈਲੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਬਿਜਲੀ ਨਹੀਂ ਪਹੁੰਚੀ ਕਈਆਂ ਜੀ ਪਹੁੰਚੀ ਵੀ ਹੋਈ ਹੈ ਇਹ ਟੂਵਲ ਹੈ ਜੀ ਜਿਹੜਾ ਇਸ ਸੋਲਰ ਪੈਨਲ ਤੇ ਅਸੀਂ ਚਲਾਈਗਾ ਕਿੱਡਾ ਵੱਡਾ ਪੂਲ ਬਣਾਇਆ ਜੀ ਇਹਨੂੰ ਅਸੀਂ ਪੰਜਾਬੀ ਦੀ ਖਾਡਾ ਬੋਲਨੇ ਆ। ਇਹ ਮਾਲ ਡੰਗਰ ਦਾ ਚਾਰਾ ਜਨਾਬ ਅੱਗੇ ਚੱਲ ਕੇ ਤੁਹਾਨੂੰ ਅਸੀਂ ਆਲੂ ਦੀ ਫਸਲ ਵੀ ਚੈੱਕ ਕਰਾਵਾਂਗੇ। ਪਿੰਡ ਵਾਲਿਆਂ ਬੜੀ ਹਮਤ ਕੀਤੀ ਹੈ ਭਈ। ਤਰੱਕੀ ਕਰ ਗਏ ਨੇ। ਇਹ ਆਲੂ ਦੀ ਫਸਲ ਹੈ ਜਨਾਬ। ਦੁਆਏ ਅੱਲਾਹ ਤਾਲਾ ਇਹਦੇ ਜੋ ਰਜ਼ਕ ਦੇਵੇ। ਐ ਗੋਬਰ ਜ਼ਿੰਮੇਦਾਰ ਕੋਈ ਵੀ ਫਸਲ ਜਿਹੜੀ ਨੇ ਚੀਜ਼ ਜਿਹੜੀ ਹੈ ਨਾ ਉਹ ਜ਼ਾਇਆ ਨਹੀਂ ਜਾਣ ਦਿੰਦੇ ਪੁਰਾਣੇ ਵਕਤਾਂ 'ਚ ਵੀ ਇਹਨੂੰ ਖਾਦ ਦੇ